ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਗੁਰਦੁਆਰਾ ਹਾਜ਼ਰ ਅੰਦਰ ਵਿਖੇ ਪਹੁੰਚੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਹਨਾਂ ਵੱਲੋਂ ਤਿਸਕਰਨ ਸੇਵੀਆਂ ਦੀ ਵਿਛੜੇ ਗੁਰਧਾਮ ਕਿਤਾਬ ਦੀ ਕੀਤੀ ਗਈ ਕੁੰਡ ਚੁਕਾਈ। ਬਠਿੰਡਾ ਦੇ ਗੁਰਦੁਆਰਾ ਹਜ਼ਰਤਨ ਵਿਖੇ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਬਠਿੰਡਾ ਦੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਇਸ ਮੌਕੇ ਜਸਕਰਨ ਸਿੰਘ ਸਿਵੀਆਂ ਦੀ ਲਿਖੀ ਕਿਤਾਬ ਵਿਛੜੇ ਗੁਰਧਾਮ ਉਹਨਾਂ ਵੱਲੋਂ ਜਿਸ ਦੀ ਕੁੰਡ ਚੁਕਾਈ ਉਹਨਾਂ ਵੱਲੋਂ ਕੀਤੀ ਗਈ। ਦੇਖ ਲਓ ਤਸਵੀਰਾਂ ਬਠਿੰਡਾ ਦੇ ਗੁਰਦੁਆਰਾ ਹਜ਼ਰਤ ਦੀਆਂ ਜਿੱਥੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਵਿਛੜੇ ਗੁਰਧਾਮ ਕਿਤਾਬ ਦੀ ਕੁੰਡ ਚੁਕਾਈ ਕੀਤੀ ਜਾ ਰਹੀ ਆ। ਉਸ ਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ। ਅੱਜ ਅਸੀਂ ਇੱਥੇ ਵਿਛੜੇ ਗੁਰਧਾਮ ਸਰਦਾਰ ਜਸਕਰਨ ਸਿੰਘ ਜੀ ਵੱਲੋਂ ਲਿਖੀ ਹੋਈ ਪੁਸਤਕ ਹੋਸ਼ ਦੀ ਕੁੰਡ ਚੁਕਾਈ ਦੇ ਮੌਕੇ ਇੱਥੇ ਜੀ ਸੰਗਤ ਖੜੀ ਆ, ਸਾਰੇ ਇਕੱਤਰ ਹੋਈ। ਮਨੁੱਖ ਦੇ ਵਿੱਚ ਆਪਦੀ ਧਰਤੀ ਨੂੰ ਵਾਪਸ ਚੁੰਮਣ ਦੀ ਤਾਂਘ ਅੱਜ ਨਹੀਂ ਸਦੀਆਂ ਤੋਂ ਰਹੀ ਹੈ। ਪੰਜਾਬ ਜਿਹੜਾ ਸਹੀ ਪੰਜਾਬ ਸੀ, ਜਿਹੜਾ ਅੱਜ ਪੱਛਮੀ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਚਲਿਆ ਗਿਆ, ਔਰ ਪੂਰਬੀ ਪਾਕਿਸਤਾਨ ਅੱਜ ਪੰਜਾਬ ਜਿਹੜਾ ਹਿੰਦੁਸਤਾਨ ਦਾ ਪੰਜਾਬ ਹੈ, ਜਿਹੜਾ ਉਸ ਸਮੇਂ ਦਾ ਇਕੱਠਾ ਰਾਜ ਪ੍ਰਬੰਧ ਸੀ ਪੰਜਾਬ ਦਾ, ਉਸ ਨੂੰ ਯਾਦ ਕਰਕੇ ਸਾਰੇ ਪੰਜਾਬੀ ਭਾਵੇਂ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਉਹ ਹਮੇਸ਼ਾ ਉਹਨਾਂ ਦੀ ਤਾਂਘ ਰਹਿੰਦੀ ਹੈ ਕਿ ਲਾਹੌਰ ਅਤੇ ਨਨਕਾਣਾ ਸਾਹਿਬ ਜ਼ਰੂਰ ਜਾਇਆ ਜਾਵੇ। ਉਸੇ ਦੇ ਲਈ ਜਿਹੜੀ ਯਾਤਰਾ ਕੀਤੀ ਸਰਦਾਰ ਹਰਚਰਨ ਸਿੰਘ ਨੇ, ਕਿਉਂਕਿ ਇਹ ਬੁੱਧੀਜੀਵੀ ਨੇ, ਲੇਖਕ ਨੇ, ਸਾਹਿਤਕਾਰ ਨੇ, ਇਹਨਾਂ ਨੇ ਆਪਦੀ ਇਸ ਫੇਰੀ ਦੇ ਵਿੱਚ ਉੱਥੋਂ ਦੇ ਗੁਰਧਾਮਾਂ ਦੀ ਦਰਸ਼ਨ ਕਰਕੇ ਜਿਹੜਾ ਅਨੁਭਵ ਆਪਦਾ ਲਿਖਿਆ ਉਹ ਇਸ 'ਤੇ ਬਾ ਕਮਾਲ ਹੈ। ਇਹਨਾਂ ਨੇ ਉੱਥੋਂ ਦੇ ਲੋਕਾਂ ਦਾ ਸੱਭਿਆਚਾਰ, ਉੱਥੋਂ ਦੇ ਲੋਕਾਂ ਦੀ ਸੋਚ, ਆਜ਼ਾਦੀ ਤੋਂ ਪਹਿਲਾਂ ਔਰ ਆਜ਼ਾਦੀ ਤੋਂ ਬਾਅਦ ਅੱਜ ਉਹ ਕੀ ਸੋਚਦੇ ਹੈ ਉਸ ਦੇ ਬਾਰੇ ਵੀ ਲਿਖਿਆ। ਇਹਨਾਂ ਨੇ ਉਸ ਕਿਤਾਬ ਦੇ ਵਿੱਚ ਉਹਨਾਂ ਲੋਕਾਂ ਦੀਆਂ ਉਹ ਭਾਵਨਾਵਾਂ ਵੀ ਲਿਖੀਆਂ ਕਿ ਸਾਥੋਂ ਬਹੁਤ ਵੱਡੀ ਗਲਤੀ ਹੋਈ ਕਿ ਅਸੀਂ ਭਾਵੁਕਤਾ ਦੇ ਵਿੱਚ ਬਹਿ ਕੇ ਉਹਨਾਂ ਲੋਕਾਂ ਦੇ ਆਖੇ ਲੱਗ ਕੇ ਆਪਣੇ ਜਿਹੜੇ ਹਮਸਾਏ ਸੀ, ਜਦੋਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ, ਉਹਨਾਂ ਦੀ ਕਤਲੋਗਾਦ ਵੀ ਕੀਤੀ। ਉਹਨਾਂ 'ਤੇ ਅੱਜ ਉਹਨਾਂ ਦੀਆਂ ਪੀੜ੍ਹੀਆਂ ਨੂੰ ਵੀ ਪਛਤਾਵਾ ਹੈ। ਜਿਹੜੇ ਉੱਥੇ ਲੋਕ ਰਹਿ ਗਏ, ਜਿਹੜੇ ਉਸ ਸਮੇਂ ਸ਼ਾਮਿਲ ਸਨ, ਉਹ ਵੀ ਵਾਰ ਵਾਰ ਇਸ ਦੇ ਲਈ ਆਪਣੇ ਆਪ ਨੂੰ ਕਸੂਰਵਾਰ ਠਹਿਰਾਉਂਦੇ ਨੇ। ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਇਤਿਹਾਸ ਹਰ ਕਮਿਊਨਿਟੀ ਆਪਦਾ ਲਿਖਦੀ ਹੈ, ਸਿਰਜਦੀ ਹੈ। ਇਹਨਾਂ ਨੇ ਵੀ ਇਹ ਉੱਦਮ ਕੀਤਾ, ਸਿੱਖ ਇਤਿਹਾਸ ਲਿਖਿਆ ਬਹੁਤ ਗਿਆ, ਔਰ ਇਹਨਾਂ ਨੇ ਆਪਦੇ ਨਜ਼ਰੀਏ ਤੋਂ ਜਿਹੜਾ ਇਸ ਕਿਤਾਬ ਦੇ ਵਿੱਚ ਵਰਣਨ ਕੀਤਾ ਉਹ ਬਹੁਤ ਵਧੀਆ ਹੈ। ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸੇ ਤਰ੍ਹਾਂ ਦੀ ਇਹ ਖੋਜ ਕਰਕੇ ਇਸ ਤਰ੍ਹਾਂ ਦਾ ਗਿਆਨ ਪੰਜਾਬ ਦੇ ਲੋਕਾਂ 'ਚ ਵੰਡਣਗੇ, ਔਰ ਪਰਮਾਤਮਾ ਕਰੇ ਕਿ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਭਲੇ ਲਈ ਹੋਰ ਵੱਧ ਤੋਂ ਵੱਧ ਕੰਮ ਕਰ ਸਕੀਏ ਤਾਂ ਕਿ ਪੰਜਾਬੀ ਔਰ ਪੰਜਾਬ ਅੱਗੇ ਵਧੇ। ਇਹੀ ਇਹਨਾਂ ਦੀ ਇਸ ਚਿੰਤਾ। ਗਿੱਲ ਸਾਹਿਬ ਕੰਪਿਊਟਰ ਯੁੱਗ 'ਚ ਹੀ ਵੜ ਗਿਆ ਕਿ ਇਤਿਹਾਸ ਨੂੰ ਭੁੱਲਦੇ ਜਾ ਰਹੇ ਹੈ, ਕਿਤਾਬਾਂ ਨਹੀਂ ਪੜ੍ਹ ਰਹੀਆਂ, ਇਤਿਹਾਸ ਨਹੀਂ ਪੜ੍ਹ ਰਹੇ। ਇਹੀ ਉੱਦਮ ਸਰਦਾਰ ਜਸਕਰਨ ਸਿੰਘ ਨੇ ਕੀਤਾ ਕਿ ਅਗਰ ਇਹ ਕਿਤਾਬ ਕਿਸੇ ਦੇ ਘਰ ਵੀ ਪਈ ਹੋਊਗੀ, ਇਹਨਾਂ ਨੇ ਬੋਲਦਿਆਂ ਵੀ ਕਿਹਾ ਕਿ ਉਹਨਾਂ ਦਾ ਕੋਈ ਵੀ ਬੱਚਾ ਅੱਜ ਨਹੀਂ, 5 ਸਾਲ ਨੂੰ, 2 ਸਾਲ ਨੂੰ, 20 ਸਾਲ ਨੂੰ ਜਦੋਂ ਪੜ੍ਹੇਗਾ ਤੇ ਉਹ ਆਪਦੇ ਵਿਰਸੇ ਦੇ ਨਾਲ ਜੁੜੇਗਾ। ਸਰ ਕੀ ਨਾਮ ਹੈ ਤੁਹਾਡਾ, ਕੀ ਕਹਿੰਦੇ? ਮੇਰਾ ਨਾਮ ਹੈ ਜੀ ਜਸਕਰਨ ਸਿੰਘ ਸਿਵੀ। ਮੈਂ ਸਿੱਖ ਇਤਿਹਾਸ 'ਤੇ ਖੋਜ ਕਰਕੇ
ਉਹਨੂੰ ਲੋਕਾਂ ਦੇ ਰੂਬਰੂ ਕਰਨ ਦਾ ਇੱਕ ਛੋਟਾ ਜਿਹਾ ਯਤਨ ਕੀਤਾ ਤਾਂ ਕਿ ਮੇਰੀ ਕੌਮ ਹੈ ਜਿਹੜੀ ਜੋ ਸਾਡੇ ਨਾਲ ਦਖਾਂਤ ਵਾਪਰੇ ਜੋ ਪਿੱਛੇ ਸਾਡੇ ਨਾਲ ਹੋਇਆ ਉਹ ਤੋਂ ਅਸੀਂ ਜਾਣੂ ਹੋ ਕੇ ਅਗਾਂਹ ਤੋਂ ਸੁਚੇਤ ਹੋ ਸਕੀਏ ਉਹ ਲੋਕਾਂ 'ਚ ਲਿਜਾਣ ਦਾ ਯਤਨ ਕੀਤਾ ਅਤੇ ਮੈਨੂੰ ਭਰੋਸਾ ਹੈ ਮੇਰੇ ਪਾਤਸ਼ਾਹ 'ਤੇ ਅਤੇ ਮੇਰੀ ਕੌਮ 'ਤੇ ਵੀ ਇਹ ਜਿਹੜੀ ਪੁਸਤਕ ਮੈਂ ਲਿਖੀਆਂ ਪੰਜੇ ਉਹਨਾਂ ਨੂੰ ਪੜ੍ਹ ਕੇ ਉਹ ਆਪਦਾ ਜੀਵਨ ਆ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਜ਼ਰੂਰ ਸਵਾਰੇਗੀ ਔਰ ਆਪਦੇ ਵਿਰਸੇ ਨਾਲ ਜੁੜੇਗੀ ਆਪਦੇ ਧਰਮ ਨਾਲ ਜੁੜੇਗੀ।